ਬੱਚੇ ਪੈਦਾ ਕਰਨਾ ਹਸੀ ਮਜ਼ਾਕ ਨਹੀਂ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਬਚਪਨ ਦੇ ਸੰਸਕਾਰਾਂ ਦਾ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੈ ਇਹ ਸੰਸਕਾਰ ਬੀਜ ਰੂਪ ਤੋਂ ਬੱਚੇ ਦੇ ਮਨ ਵਿੱਚ ਜਮਾ ਰਹਿੰਦੇ ਹਨ ਅਤੇ ਉਹਨਾਂ ਦੇ ਕੰਮਾਂ ਉੱਤੇ ਉਹਨਾਂ ਸੰਸਕਾਰਾਂ ਦਾ ਅਸਰ ਰਹਿੰਦਾ ਹੈਦਾ ਹੈ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਪੁਸਤਕ ਦਾ ਨਾਮ ਮਨ ਚਾਹੀ ਸੰਤਾਨ ਪੁਸਤਕ ਦੀ ਜਾਣਕਾਰੀ ਹਰ ਮਾਪੇ ਮਨ ਚਾਹੀ ਸੰਤਾਨ ਚਾਹੁੰਦਾ ਹੈ ਪਰ ਉਸ ਦੇ ਪਿੱਛੇ ਦੇ ਭੇਦ ਨੂੰ ਕੋਈ ਨਹੀਂ ਜਾਣਦਾ ਕੀ ਹੋਵੇ ਜੇਕਰ ਸਾਨੂੰ ਉਹ ਨੁਸਖਾ ਮਿਲ ਜਾਵੇ ਜਿਸ ਦੇ ਰਾਹੀਂ ਅਸੀਂ ਆਪਣੀ ਔਲਾਦ ਦੇ ਚਰਿੱਤਰ, ਚਿੰਤਨ ਅਤੇ ਆਚਰਣ ਨੂੰ ਆਪਣੇ ਅਨੁਸਾਰ ਢਾਲ ਸਕੀਏ ਅੱਜ ਤੁਹਾਡੇ ਸਾਹਮਣੇ ਕੁਝ ਅਜਿਹੇ ਅਨੋਖੇ ਤਰੀਕੇ ਪੇਸ਼ ਕਰ ਰਹੇ ਹਾਂ ਜੋ ਬੱਚਿਆਂ ਦੇ ਚੰਗੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇੱਕ ਛੋਟੇ ਬਾਲਕ ਦੇ ਦਿਮਾਗ ਵਿੱਚ ਉਹ ਸਾਰੀਆਂ ਬੌਧਿਕ ਸ਼ਕਤੀਆਂ ਹੁੰਦੀਆਂ ਹਨ ਜੋ ਸਾਡੇ ਵਿਕਸਤ ਦਿਮਾਗ ਵਿੱਚ ਹੁੰਦੀਆਂ ਹਨ ਸਾਡੀ ਖੁਸ਼ੀ ਨਫਰਤ ਗਰੋਧ ਪਿਆਰ ਨਿਰਾਦਰੀ ਆਦਿ ਦੀਆਂ ਸਭ ਭਾਵਨਾਵਾਂ ਨੂੰ ਉਸ ਦਾ ਛੋਟਾ ਮਨ ਗ੍ਰਹਿਣ ਕਰਦਾ ਰਹਿੰਦਾ ਹੈ ਇਸ ਲਈ ਸਾਨੂੰ ਜਨਮ ਤੋਂ ਹੀ ਉਸ ਦੇ ਵਾਤਾਵਰਣ ਨੂੰ ਉੱਚ ਸੰਸਕਾਰਾਂ ਦੇ ਅਨੁਕੂਲ ਬਣਾਉਣਾ ਚਾਹੀਦਾ ਹੈ ਬੱਚੇ ਦੀ ਮਾਨਸਿਕ ਤਰੱਕੀ ਸ਼ਖਸੀਅਤ ਦੇ ਵਿਕਾਸ ਅਤੇ ਇੰਦਰੀਆਂ ਦੇ ਸੁੱਖ ਲਈ ਸਰੀਰ ਦੇ ਵਿਕਾਸ ਦੇ ਲਈ ਮਾਂ ਦਾ ਦੁੱਧ ਪੀਣਾ ਜ਼ਰੂਰੀ ਹੈ ਬੱਚੇ ਨੂੰ ਆਤਮ ਨਿਰਭਰ ਦੀ ਆਦਤ ਬਚਪਨ ਤੋਂ ਹੀ ਪੈਦਾ ਕਰਨੀ ਚਾਹੀਦੀ ਹੈ ਉਸ ਦੀ ਆਤਮ ਨਿਰਭਰਤਾ ਵਿੱਚ ਅਨੁਚਿਤ ਪਿਆਰ ਦੁਆਰਾ ਕੋਈ ਰੁਕਾਵਟ ਨਾ ਪਾਓ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਉਸ ਨੂੰ ਆਪਣੇ ਢੰਗ ਤੋਂ ਖੁਦ ਕੰਮ ਕਰਨ ਅਤੇ ਹਾਲਾਤਾਂ ਤੇ ਕਾਬੂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਗੁੱਸਾ ਉਤੇ ਤੇਜਿਤ ਜਾਂ ਹਰ ਗੱਲ ਤੇ ਵਿਗੜਨ ਵਾਲੀ ਮਾਵਾਂ ਦੇ ਬੱਚੇ ਉਗਰ ਸੁਭਾਅ ਦੇ ਬੰਦੇ ਹਨ ਇਸ ਦਾ ਕਾਰਨ ਬੱਚੇ ਦੇ ਸ਼ੁਰੂਆਤੀ ਸੰਸਕਾਰ ਹਨ ਜੇਕਰ ਤੁਸੀਂ ਬੱਚੇ ਦਾ ਆਪਣੇ ਨਾਲ ਸੰਬੰਧ ਸਥਾਈ ਬਣਾਉਣਾ ਚਾਹੁੰਦੇ ਹੋ ਤਾਂ ਉਹ ਆਪਸੀ ਸੇਵਾ ਸਹਾਇਤਾ ਤੇ ਨਿਰਭਰ ਹੋਣਾ ਚਾਹੀਦਾ ਹੈ ਜੇਕਰ ਤੁਹਾਡਾ ਬੱਚਾ ਗਲਤੀਆਂ ਤੋਂ ਖੁਦ ਸਿੱਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਸੁਤੰਤਰ ਤੌਰ ਤੇ ਉਸ ਦੀ ਸ਼ਖਸੀਅਤ ਵਿਕਸਿਤ ਹੋਣ ਲੱਗ ਜਾਵੇਗੀ ਬੱਚੇ ਦੇ ਚਰਿੱਤਰ ਅਤੇ ਭਾਵਨਾਤਮਕ ਵਿਕਾਸ ਦੇ ਲਈ ਪਰਿਵਾਰ ਦੇ ਹਰ ਮੈਂਬਰ ਨੂੰ ਬਾਲਗ ਦੇ ਸਾਹਮਣੇ ਉੱਚ ਆਦਰਸ਼ ਪੇਸ਼ ਕਰਨੇ ਚਾਹੀਦੇ ਹਨ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਸ ਨੂੰ ਚੰਗੇ ਸ਼ਬਦ ਸਿਖਾਉਣੇ ਚਾਹੀਦੇ ਹਨ ਬੱਚੇ ਕੁਦਰਤੀ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਉਹ ਸ਼ਾਂਤ ਨਹੀਂ ਬੈਠ ਸਕਦੇ ਇਸ ਲਈ ਤੁਹਾਡੀ ਸਿਆਣਾਪ ਅਤੇ ਕਲਾ ਇਸ ਗੱਲ ਵਿੱਚ ਹੈ ਕਿ ਉਹਨਾਂ ਲਈ ਕੁਝ ਅਜਿਹੇ ਮਨੋਰੰਜਨ ਦੇ ਕੰਮ ਲੱਭੇ ਜਿਸ ਨਾਲ ਉਹਨਾਂ ਦੀਆਂ ਸ਼ਕਤੀਆਂ ਦੀ ਵਰਤੋਂ ਉਪਯੋਗੀ ਕੰਮਾਂ ਵਿੱਚ ਹੋ ਸਕਣ ਪੁਸਤਕ ਦੇ ਕੁਝ ਪ੍ਰਸ਼ਨ ਰਚਨਾਤਮਕ ਕੰਮ ਕੀ ਹਨ ਮੰਦ ਬੁੱਧੀ ਦੇ ਕੀ ਕੀ ਕਾਰਨ ਹਨ ਬੱਚਿਆਂ ਨੂੰ ਸਤੰਤਰ ਕਿਵੇਂ ਬਣਾਈਏ ਬੱਚਿਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਦੇ ਲਈ ਕੀ ਕੀ ਕਰਨਾ ਚਾਹੀਦਾ ਹੈ ਬੱਚੇ ਦੀ ਬੁਨਿਆਦੀ ਲੋੜਾਂ ਕੀ ਹੁੰਦੀਆਂ ਹਨ ਸ਼ੁਰੂਆਤੀ ਸੰਸਕਾਰਾਂ ਦਾ ਬਾਲਕ ਤੇ ਕੀ ਪ੍ਰਭਾਵ ਪੈਂਦਾ ਹੈ ਵਿਚਾਨੀ ਦਾ ਬਾਲਕ ਤੇ ਕੀ ਅਸਰ ਪੈਂਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ ਜੋ ਸੰਤਾਨ ਵਿੱਚ ਸਾਰੇ ਗੁਣਾਂ ਨੂੰ ਗ੍ਰਹਿਣ ਕਰਨ ਦੇ ਢੰਗ ਪੁਸਤਕ ਦੇ ਕੁਝ ਅੰਸ਼ ਬੱਚੇ ਦੀ ਸਿੱਖਿਆ ਵਾਤਾਵਰਣ ਤੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਅਜਿਹਾ ਵਾਤਾਵਰਣ ਬਣਾਈ ਰੱਖਣਾ ਚਾਹੀਦਾ ਹੈ ਜਿਸ ਨਾਲ ਬੱਚੇ ਦੀ ਸ਼ਖਸੀਅਤ ਦੇ ਗੁਣ ਅਤੇ ਜ਼ਰੂਰਤਾਂ ਆਸਾਨੀ ਤੋਂ ਪੂਰੀ ਹੋ ਜਾਣ ਬੱਚੇ ਦੇ ਸੰਪਰਕ ਵਿੱਚ ਆਉਣ ਵਾਲਾ ਹਰ ਵਿਅਕਤੀ ਉਸ ਨੂੰ ਕੁਝ ਨਾ ਕੁਝ ਸਿਖਾਏ ਸਾਡਾ ਦੇਸ਼ ਧਰਮ ਪ੍ਰਧਾਨ ਪ੍ਰਧਾਨ ਦੇਸ਼ ਹੈ ਭਾਰਤ ਦੀ ਅਧਿਆਤਮਿਕ ਪ੍ਰਧਾਨ ਸੰਸਕ੍ਰਿਤੀ ਤੋਂ ਬਾਲਕ ਦਾ ਪੜਾਈ ਦਾ ਸਮਾਂ ਆਸ਼ਰਮ ਦੇ ਪਵਿੱਤਰ ਵਾਤਾਵਰਣ ਵਿੱਚ ਗੁਜ਼ਰਦਾ ਸੀ ਜਿੱਥੇ ਜੀਵਨ ਦੇ ਪਵਿੱਤਰ ਸੰਸਕਾਰ ਬਾਲਕ ਤੇ ਪੈਂਦੇ ਸਨ ਦੁਰਭਾਗਵੰਤ ਆਸ਼ਰਮ ਦਾ ਪਵਿੱਤਰ ਜੀਵਨ ਅੱਜ ਨਹੀਂ ਰਿਹਾ ਬਾਲਕਾਂ ਨੂੰ ਖੁਦ ਕੰਮ ਕਰਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਜਿਸ ਤੇ ਦੇ ਹੈ ਜਿਸ ਤੋਂ ਉਹਨਾਂ ਵਿੱਚ ਆਤਮ ਵਿਸ਼ਵਾਸ ਅਤੇ ਆਤਮ ਨਿਰਭਰਤਾ ਪੈਦਾ ਹੋਵੇ ਜੋ ਕਿ ਸੰਸਕਾਰ ਦੇ ਕਰਮ ਖੇਤਰ ਵਿੱਚ ਉਸ ਨੂੰ ਮਜ਼ਬੂਤ ਬਣਾਉਂਦੇ ਹਨ ਬੱਚਿਆਂ ਨੂੰ ਇਹ ਮਹਿਸੂਸ ਕਰਨ ਦਿਓ ਕਿ ਘਰ ਵਿੱਚ ਉਸ ਦਾ ਮਹੱਤਵਪੂਰਨ ਸਥਾਨ ਹੈ ਬੱਚੇ ਨੂੰ ਮਾਨ ਦਿਓ ਕਿ ਘਰ ਵਿੱਚ ਉਸ ਦਾ ਮਾਨ ਸਨਮਾਨ ਹੁੰਦਾ ਹੈ ਉਦੰਡਤਾ ਦਾ ਬੱਚੇ ਦੇ ਜੀਵਨ ਤੇ ਮਾੜਾ ਪ੍ਰਭਾਵ ਹੈ ਅਤੇ ਬੱਚਾ ਕ੍ਰੋਧ ਨਫ਼ਰਤ ਭੈ ਈਰਖਾ ਤੋਂ ਗ੍ਰਸਤ ਹੁੰਦਾ ਹੈ ਮਾਪਿਆਂ ਨੂੰ ਸਮੇਂ ਮੁਤਾਬਕ ਚੱਲਣਾ ਚਾਹੀਦਾ ਹੈ ਜੇਕਰ ਬੱਚੇ ਵਿੱਚ ਕੁਝ ਖਰਾਬੀਆਂ ਹਨ ਤਾਂ ਉਹਨਾਂ ਨੂੰ ਟਾਲ ਕੇ ਉਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਮਿੱਤਰ ਭਾਵਨਾ ਸਭ ਤੋਂ ਉੱਚ ਰਸਾਇਣ ਹੈ ਬੱਚਿਆਂ ਦੀ ਤਰੱਕੀ ਦਾ ਭੇਦ ਉਹਨਾਂ ਦੀ ਚੰਗੀ ਸਿਹਤ ਹੀ ਹੈ ਚੰਗੀ ਸਿਹਤ ਦੀ ਬੁਨਿਆਦ ਬਣਦੀ ਜਾਂਦੀ ਹੈ ਸਿਹਤ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਸਰੀਰ ਵਿੱਚ ਸਫੁਰਤੀ ਰਹੇ ਕੰਮ ਵਿੱਚ ਮਨ ਲੱਗੇ ਉਹਨਾਂ ਦੇ ਮਨ ਵਿੱਚ ਉਮੀਦ ਉਤਸ਼ਾਹ ਤੇ ਚਿਹਰੇ ਤੇ ਹਸੀ ਰਹੇ ਬੱਚਿਆਂ ਦੀ ਉਚਿਤ ਸਿੱਖਿਆ ਦੇ ਲਈ ਉਹਨਾਂ ਦੇ ਮਨ ਨੂੰ ਕਾਬੂ ਕਰਨਾ ਜ਼ਰੂਰੀ ਹੈ ਅਕਸਰ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਬਾਲਕਾ ਵਿੱਚ ਨਿਰੰਤਰ ਅਨੁਸ਼ਾਸਨ ਦੀ ਕਮੀ ਹੁੰਦੀ ਜਾ ਰਹੀ ਹੈ। ਪੁਸਤਕ ਦੇ ਕੁਝ ਬਿੰਦੂ ਸ਼ੁਰੂਆਤੀ ਸੰਸਕਾਰਾਂ ਦਾ ਮਹੱਤਵ, ਬੱਚੇ ਦੀ ਬੁਨਿਆਦ ਜ਼ਰੂਰਤਾਂ ਦੇ ਪਹਿਲੇ 3 ਸਾਲ, ਬੱਚੇ ਦੀ ਸ਼ਖਸੀਅਤ ਦਾ ਨਿਰਮਾਣ, ਮਾਪਿਆਂ ਦੀ ਮਹਾਨ ਜ਼ਿੰਮੇਵਾਰੀ, ਬੱਚੇ ਦਾ ਮਾਨਸਿਕ ਅਤੇ ਭਾਵਨਾਤਮਕ ਵਿਕਾਸ, ਬੱਚਿਆਂ ਨੂੰ ਆਤਮ ਨਿਰਭਰ ਬਣਾਓ, ਬੱਚਿਆਂ ਦੀ ਕਮਜ਼ੋਰੀਆਂ ਅਤੇ ਸੁਧਾਰ, ਬੱਚੇ ਦੀ ਮਾਨਸਿਕ ਗ੍ਰੰਥੀਆਂ ਆਤਮ-ਹੀਣਤਾ ਦੀਆਂ ਗ੍ਰੰਥੀਆਂ, ਬੱਚਿਆਂ ਦੇ ਮਨਪਸੰਦ ਕੰਮ ਅਤੇ ਸ਼ੌਕ